ਅੱਜ ਅਹਿਮਦੀਆ ਭਾਈਚਾਰੇ ਦੇ ਹੈੱਡਕੁਆਟਰ ਕਾਦੀਆਂ ਵਿਖੇ ਈਦ ਉਲ ਫਿਤਰ ਦੀ ਪੂਰੀ ਰੌਣਕ ਦੇਖਣ ਨੂੰ ਮਿਲੀ। ਲੋਕ ਸਵੇਰ ਤੋਂ ਹੀ ਭਾਰੀ ਤਾਦਾਦ ਵਿਚ ਮਸਜਿਦ ਪਹੁੰਚੇ, ਜਿੱਥੇ ਮੁਹੰਮਦ ਇਨਾਮ ਗੌਰੀ ਦੀ ਅਗਵਾਈ ਵਿਚ ਨਮਾਜ਼ ਅਦਾ ਕੀਤੀ ਗਈ। ਅਹਿਮਦੀਆ ਜਮਾਤ ਦੇ ਪਰੋਕਾਰਾਂ ਦਾ ਕਹਿਣਾ ਹੈ ਕਿ ਈਦ ਦਾ ਦਿਨ ਇਕ ਮਹੀਨੇ ਰੋਜ਼ੇ ਰੱਖਣ ਅਤੇ ਖੁਦਾ ਦੀ ਇਬਾਦਤ ਕਰਨ ਤੋਂ ਬਾਅਦ ਪੂਰੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਖਾਸ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ ਅਤੇ ਪੂਰੇ ਸੰਸਾਰ ਨੂੰ ਮਿਲ ਜੁਲ ਕੇ ਰਹਿਣ ਦੀ ਅਪੀਲ ਕੀਤੀ। ਅੱਜ ਈਦ ਫਿਤਰ ਦੇ ਮੌਕੇ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ, ਸਾਰੇ ਪੰਜਾਬੀਆਂ ਨੂੰ ਵਧਾਈ ਦਿੰਦਾ ਤੇ ਆਸ ਕਰਨਾ ਕਿ ਇਸ ਦਿਨ ਦਾ ਜਿਹੜਾ ਸੰਦੇਸ਼ ਹੈ ਵੀ ਸਾਰੇ ਮੁਲਕ ਵਾਸੀ ਇਕੱਠੇ ਭਰਾਵਾਂ ਵਾਂਗੂ ਰਹੀਏ ਤੇ ਗੁਲਦਸਤਾ ਬਣ ਕੇ ਇਸ ਮੁਲਕ 'ਚ ਰਹੀਏ ਅਤੇ ਮੁਲਕ ਦੀ ਤਰੱਕੀ 'ਚ ਸਾਰੇ ਆਪ ਆਪਣਾ ਹਿੱਸਾ ਪਾਈਏ। ਸੋ ਸਾਰੇ ਪੰਜਾਬੀਆਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ, ਸਾਰੇ ਕਾਦੀਆਂ ਸ਼ਹਿਰ ਦੇ ਵਾਸੀਆਂ ਨੂੰ ਈਦ ਦੀ ਬਹੁਤ ਬਹੁਤ ਵਧਾਈ। ਪੰਜਾਬ ਵਿੱਚ ਦੋ ਈਦਾਂ ਮਨਾਈਆਂ ਜਾਂਦੀਆਂ ਨੇ ਔਰ ਇੱਕ ਈਦ ਜਿਹੜੀ ਈਦ ਉਲ ਅਜ਼ਹਾ ਉਹਨੂੰ ਵੱਡੀ ਈਦ ਆਖਿਆ ਜਾਂਦਾ, ਇਹ ਈਦ ਇਹਨੂੰ ਈਦ ਉਲ ਫਿਤਰ ਕਿਹਾ ਜਾਂਦਾ ਔਰ ਇਹਨੂੰ ਆਮ ਤੌਰ 'ਤੇ ਲੋਕ ਨਿੱਕੀ ਈਦ ਵੀ ਕਹਿੰਦੇ ਨੇ। ਇਹ ਈਦ ਰਮਜ਼ਾਨ ਸ਼ਰੀਫ ਦੇ ਮਹੀਨੇ ਤੋਂ ਬਾਅਦ ਮਨਾਈ ਜਾਂਦੀ ਹੈ। ਅਸਲ ਦੇ ਵਿੱਚ ਈਦ ਦੀ ਖੁਸ਼ੀ, ਈਦ ਦਾ ਮਤਲਬ ਹੈ ਕਿ ਉਹ ਖੁਸ਼ੀ ਜਿਹੜੀ ਵਾਰ ਵਾਰ ਇਨਸਾਨੀ ਜ਼ਿੰਦਗੀ 'ਚ ਆਵੇ ਔਰ ਇਹ ਖੁਸ਼ੀ ਦਾ ਦਿਨ ਇਸ ਵਾਸਤੇ ਮਨਾਇਆ ਜਾਂਦਾ ਹੈ ਕਿ ਇਨਸਾਨ ਇੱਕ ਮਹੀਨਾ ਰਮਜ਼ਾਨ ਦੇ ਸਖਤ ਘਾਲਣਾ ਕਰਦਾ, ਤਪੱਸਿਆ ਕਰਦਾ, ਰੋਜ਼ੇ ਰੱਖਦਾ ਔਰ ਨਮਾਜ਼ਾਂ ਪੜ੍ਹਦਾ, ਹੋਰ ਇਬਾਦਤਾਂ ਕਰਦਾ ਔਰ ਆਪਣੇ ਮਾਲਿਕ ਨੂੰ ਰਾਜ਼ੀ ਕਰਨ ਦੀ, ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਔਰ ਅਸਲ 'ਚ ਇੱਕ ਮਹੀਨੇ ਦੀ ਪ੍ਰੈਕਟਿਸ ਹੈ ਕਿ ਰੋਜ਼ੇ ਵਾਸਤੇ ਜ਼ਰੂਰੀ ਹੈ, ਰੋਜ਼ੇਦਾਰ ਵਾਸਤੇ ਕਿ ਰੋਜ਼ਾ ਰੱਖ ਕੇ ਹਰ ਕਿਸਮ ਦੀ ਬੁਰਾਈ ਤੋਂ ਬਚੇ। ਜੇ ਇਨਸਾਨ ਇੱਕ ਮਹੀਨਾ ਲਗਾਤਾਰ ਪ੍ਰੈਕਟਿਸ ਕਰੇ, ਇਹ ਰਿਹਰਸਲ ਕਰੇ ਕਿ ਉਹ ਮਹੀਨਾ ਭਰ ਜਿਹੜਾ ਬੁਰਾਈਆਂ ਛੱਡ ਦੇਗਾ ਤਾਂ ਉਹ ਫਿਰ ਜ਼ਿੰਦਗੀ ਦੇ ਵਿੱਚ ਉਹ ਬੁਰਾਈਆਂ ਮੁਸ਼ਕਿਲ ਤੌਰ 'ਤੇ ਉਹਦੇ ਜੀਵਨ ਛੁੱਟ ਹਟ ਜਾਂਦੀਆਂ ਨੇ, ਦੂਰ ਹੋ ਜਾਂਦੀਆਂ ਨੇ, ਛੁੱਟ ਜਾਂਦੀਆਂ ਨੇ। ਇਸ ਵਾਸਤੇ ਰੋਜ਼ੇ ਦਾ ਮਕਸਦ ਇਹ ਹੈ ਕਿ ਇਨਸਾਨ ਜਿਹੜੀ ਤਪੱਸਿਆ, ਜਿਹੜੀ ਇਬਾਦਤ ਇਸ ਮਹੀਨੇ 'ਚ ਕਰਦਾ ਔਰ ਕਿਉਂਕਿ ਬਗੈਰ ਇਬਾਦਤ ਦੇ ਰੋਜ਼ਾ ਨਹੀਂ ਔਰ ਬਗੈਰ ਸੇਵਾ ਦੇ ਲੋਕਾਂ ਦੀ ਰੋਜ਼ਾ ਨਹੀਂ ਔਰ ਬਗੈਰ ਬੁਰਾਈਆਂ ਤੋਂ ਬਚੇ ਹੈ ਰੋਜ਼ਾ ਨਹੀਂ। ਗੁਰਦਾਸਪੁਰ ਤੋਂ ਰਸ਼ਪਾਲ ਸਿੰਘ, ਖਬਰ ਹਰਪਲ ਇੰਡੀਆ ਲਈ। ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ, ਜੋ ਅਦਾਰੇ ਨੂੰ ਖਬਰ ਦੇ ਨਾਲ ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋਣ। ਸੋ ਦੇਰ ਨਾ ਕਰੋ ਤੇ ਹੁਣੇ ਸੰਪਰਕ ਕਰੋ 9988 6543 47 ਤੇ, ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia.com।